सिद्धू मूसेवाला के घर में खुशियां आई हैं। उनकी मां चरण कौर ने बेटे को जन्म दिया है। सिद्धू मूसेवाला के पिता ने बच्चे के साथ फोटो शेयर की है। इस खबर का पता चलते ही सिद्धू मूसेवाला के फैंस में खुशी की लहर है। बड़ी संख्या में सिद्धू मूसेवाला के चाहने वाले उनके घर मानसा पहुंचे हैं। इस दौरान सभी ने खुशी जाहिर करते हुए श्री सिद्धू मूसेवाला का दूसरा जन्म बताया। लोगों ने एक दूसरे को मिठाई खिलाई। इस दौरान मूसेवाले के घर दिवाली जैसा जश्न देखने को मिला। शुक्राना उस अकाल पुरख वाहिगुरू का, उस तो बाद समुचे संसार के करोड़ों शुभदीप नूं प्यार करने वाले लोगों दी दुआवां अरदासां जोदड़ियां। जिस दिन तो बेटा गया है उस दिन तो इन्ने लोगों ने पाठ जिस तरह भी किसी का कोई हिंदू मुस्लिम सारे धर्मों के लोगों ने आपो अपने परमात्मा के अगे अरदास की। ਅਤੇ ਅੱਜ ਵਾਹਿਗੁਰੂ ਨੇ ਉਹਨਾਂ ਨੂੰ ਸਾਰੀਆਂ ਅਰਦਾਸਾਂ ਨੂੰ ਸਵੀਕਾਰ ਕਰਦੇ ਹੋਏ ਸ਼ੁਭਦੀਪ ਦਾ ਛੋਟਾ ਵੀਰ ਦੀ ਦਾਤ ਆਪਣੀ ਝੋਲੀ ਪਾਈ ਹੈ ਤਾਂ ਮੈਂ ਸਮੁੱਚੇ ਸੰਸਾਰ ਭਰ ਦੇ ਵਿੱਚ ਸ਼ੁਭਦੀਪ ਨੂੰ ਪਿਆਰ ਕਰਨ ਵਾਲਿਆਂ ਦਾ ਤਹਿ ਦਿਲ ਨੂੰ ਧੰਨਵਾਦ ਕਰਦਾ ਸਾਰਿਆਂ ਦਾ। ਅਤੇ ਵਾਹਿਗੁਰੂ ਕਰੇ ਸਾਰਿਆਂ ਦੇ ਘਰ ਤੰਦਰੁਸਤੀ ਖੁਸ਼ੀਆਂ ਖੇੜੇ ਰਹੇ। ਕਿਸ ਤਰ੍ਹਾਂ ਦੇ ਹਾਲਤ ਨੇ ਬੇਟੇ ਦੇ, ਮਾਤਾ ਜੀ ਦੇ ਹਾਲਾਤ ਕਿਸ ਤਰ੍ਹਾਂ ਦੇ? ਠੀਕ ਹੈ, ਬਿਲਕੁਲ ਸਿਹਤਯਾਬ ਨੇ। ਬੱਚਾ ਵੀ ਬਿਲਕੁਲ ਤੰਦਰੁਸਤ ਹੈ। ਬਾਕੀ ਜੋ ਹੋਸਪਿਟਲ ਦੀ ਪ੍ਰਕਿਰਿਆ ਹੁੰਦੀ ਹੈ ਉਹ ਤਾਂ ਥੋੜ੍ਹੀ ਬਹੁਤੀ ਹੈਗੀ ਹੈ, ਪਰੰਤੂ ਬਿਲਕੁਲ ਕੁਸ਼ਲ ਮੰਗਲ। ਦੁਨੀਆ ਭਰ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ, ਅੱਜ ਇਸ ਦਿਨ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਤੁਸੀਂ? ਮਤਲਬ ਜਿਸ ਦਿਨ ਤੋਂ ਇਹ ਸ਼ੁਭਦੀਪ ਗਿਆ ਇਸ ਦੁਨੀਆ ਤੋਂ, ਕਿਉਂਕਿ ਉਹ ਹਰ ਇੱਕ ਪਰਿਵਾਰ ਦਾ ਮੈਂਬਰ ਬਣ ਚੁੱਕਾ ਸੀ, ਹਰ ਇੱਕ ਮਾਂ ਦਾ ਪੁੱਤ ਬਣ ਚੁੱਕਾ ਸੀ, ਹਰੇਕ ਭੈਣ ਨੇ ਉਹਨੂੰ ਆਪਣਾ ਭਰਾ ਮੰਨਿਆ ਸੀ। ਮੈਂ ਆਪ ਖੁਦ ਹੈਰਾਨ ਹੈ ਕਿ ਮੈਨੂੰ ਉਹਦਾ ਬਾਪ ਹੋਣ ਦੇ ਨਾਤੇ ਵੀ ਨਹੀਂ, ਮੈਂ ਉਹਨੂੰ ਸਮਝ ਨਹੀਂ ਸਕਿਆ ਵੀ ਮੇਰੇ ਘਰ ਕਿਸ ਚੀਜ਼ ਨੇ ਜਨਮ ਲਿਆ, ਇਹਦੀ ਕਿੰਨੀ ਕੁ ਪ੍ਰਤਿਭਾ ਹੈ, ਇਹਦਾ ਕਿੱਡਾ ਕੁ ਵੱਡਾ ਕੱਦ ਹੈ। ਪਰੰਤੂ ਜਦੋਂ ਉਸਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ, ਉਹਦੇ ਸੰਸਕਾਰ 'ਤੇ ਉਮੜੀਆਂ ਭੀੜਾਂ ਨੇ, ਮੇਰਾ ਦਿਮਾਗ ਖੋਲ੍ਹਿਆ ਕਿਤੇ ਕਿ ਮੈਨੂੰ ਪਤਾ ਲੱਗਿਆ ਵੀ ਥੋੜ੍ਹਾ ਨਹੀਂ, ਇਹ ਤਾਂ ਅਰਬਾਂ ਲੋਕਾਂ ਦੇ ਦਿਲਾਂ ਦੇ ਵਿੱਚ ਵੱਸਦਾ ਹੈ। ਉਸ ਦਿਨ ਤੋਂ ਹੀ ਲੋਕਾਂ ਦਾ ਆਉਣਾ ਜਾਣਾ, ਮੇਰਾ ਖਿਆਲ 2 ਸਾਲ ਹੋ ਗਏ, ਹਲੇ ਵੀ 1000-2000 ਬੰਦਾ ਡੇਲੀ ਘਰ ਅਫਸੋਸ ਵਜੋਂ ਪਹੁੰਚ ਰਿਹਾ। ਦੂਰ ਦੁਰਾਡੇ ਤੋਂ ਕੋਈ ਵੀ ਸਟੇਟ ਦਾ ਨਹੀਂ ਉਹਦਾ ਕੋਈ ਘੇਰਾ ਸੀਮਤ ਰਿਹਾ, ਕੋਈ ਵਿਸ਼ਵ ਦਾ ਨਹੀਂ ਰਿਹਾ, ਹਰ ਇੱਕ ਮੁਲਕ ਦੇ ਵਿੱਚੋਂ ਗੋਰੇ ਕੀ ਕਾਲੇ ਕੀ ਹਰ ਇੱਕ ਵਰਗ ਤੋਂ ਸਾਨੂੰ ਪਿਆਰ ਵੀ ਮਿਲਿਆ, ਸਾਨੂੰ ਹੌਸਲਾ ਵੀ ਮਿਲਿਆ। ਸਿੱਧੂ ਨੇ ਜਨਮ ਲਿਆ ਤੇ ਲੱਗਦਾ ਕਿ ਅੱਜ ਸਿੱਧੂ ਮੂਸੇਵਾਲੇ ਦੀ ਜਿਹੜੀ ਯਾਦ ਹੈ ਦੁਬਾਰਾ ਇੱਕ ਤਾਜ਼ੀ ਹੋ ਜਾਣੀ, ਕਿਸੇ ਦੇ ਦਿਲ ਜ਼ਰੂਰ ਜਿਹੜਾ, ਬਸ ਇਹ ਕਹਿ ਲਓ ਵੀ ਰਿਸ ਦੇ ਜ਼ਖਮ ਅਤੇ ਕੁਛ ਰਾਹਤ ਮਿਲੀ ਹੈ ਮੈਨੂੰ ਅੱਜ, ਕਿਉਂਕਿ ਫਿਰ ਵੀ ਮੈਂ ਸ਼ੁਭਦੀਪ ਸਿੱਧੂ ਨੂੰ ਤਾਂ ਨਹੀਂ ਕਹਿ ਸਕਦਾ ਵੀ ਉਹ ਇਹ ਬੱਚਾ ਉਹਦੀ ਜਗ੍ਹਾ ਲੈ ਲੂਗਾ, ਪਰ ਉਹ ਤਾਂ ਉਹੀ ਸੀ। ਪਰ ਫਿਰ ਵੀ ਇੱਕ ਤੁਹਾਡੇ ਵਿੱਚ ਵਿਚਰਨ ਦੀ ਮੈਨੂੰ ਇੱਕ ਆਸ ਮਿਲੀ ਹੈ, ਕਿਉਂਕਿ ਕਹਿੰਦੇ ਨਾ ਪੁੱਤੀ ਗੰਢ ਪਵੇ ਸੰਸਾਰ, ਇੱਕ ਇਹਦੀ ਭੁੱਖ ਵੱਡੀ ਹੁੰਦੀ ਹੈ, ਤਾਂ ਇਨਸਾਨ ਇਹ ਤੋਂ ਬਿਨਾਂ ਆਪਣੇ ਆਪ ਨੂੰ ਜਿਹੜਾ ਖਾਲੀਪਨ ਹੁੰਦਾ ਉਹ ਮਹਿਸੂਸ ਕਰਦਾ। ਤਾਂ ਇਹ ਹੈ ਵੀ ਮੈਂ ਜਿੰਨਾ ਕੁ ਬਚਿਆ ਜੀਵਨ ਹੈ ਉਹ ਇਹਦੇ ਲੇਖੇ ਲਾਵਾਂਗੇ ਅਤੇ ਥੋੜ੍ਹਾ ਜਿਉਣ ਦਾ ਆਸਰਾ ਜਾਣਗੇ।
ਜਿੰਨੇ ਵੀ ਮੇਰੇ ਭਰਾਵਾਂ ਨੇ ਵੀਰਾਂ ਨੇ ਭੈਣਾਂ ਨੇ ਰੱਬ ਸਾਹਿਬ ਨੂੰ ਵਧਾਵੇ ਮਾਤਾ ਛੋਟੀਆਂ ਸਾਰੀਆਂ ਵਧਾਈਆਂ ਵਧਾਈਆਂ ਅੱਜ ਬਹੁਤ ਖੁਸ਼ੀਆਂ ਨੇ ਹਵੇਲੀ ਨੂੰ ਭਾਗ ਲੱਗੇ ਨੇ, ਪਰਮਾਤਮਾ ਨੇ ਭਾਗ ਲਾਏ ਨੇ, ਉਹੀ ਸਿੱਧੂ ਮੁੜ ਕੇ ਆ ਗਿਆ। ਜਿਵੇਂ ਹਰ ਪਾਸੇ ਲਹਿਰ ਦੀ ਖੁਸ਼ੀ ਦੀ ਲਹਿਰ ਬਹੁਤ ਚੱਲ ਰਹੀ ਆ, ਪੂਰੇ ਪੰਜਾਬ ਚ ਨੀ ਪੂਰੇ ਵਰਲਡ ਚ ਚੱਲ ਰਹੀ ਅੱਜ ਤਾਂ। ਸਿੱਧੂ ਵੀ ਕਹਿੰਦਾ ਸੀ ਕਿ ਹਜੇ ਮੁੱਕਿਆ ਨੀ, ਉਹ ਮੁੱਕਣ ਵਾਲਾ ਹੈ ਹੀ ਨੀ ਬੇਟਾ। ਸਿੱਧੂ ਮੁੱਕਣਾ ਥੋੜੀ ਆ, ਉਹ ਤਾਂ ਦੁਨੀਆਂ ਮੁੱਕਜੂ, ਸਿੱਧੂ ਨੀ ਮੁੱਕੂਗਾ। ਸਿੱਧੂ ਤਾਂ ਅਮਰ ਹੈ, ਸਦਾ ਲਈ ਅਮਰ ਹੈ। ਅਸੀਂ ਸਵੇਰੇ ਜਦੋਂ ਪੋਸਟ ਦੇਖੀ ਉਹਦੇ ਬਾਅਦ ਚੋਂ ਅਸੀਂ ਤਿਆਰ ਹੋ ਕੇ ਸਿੱਧਾ ਮੂਸੇ ਨੂੰ ਗੱਡੀ ਪਾਈ ਆ। ਕਿਵੇਂ ਦੇਖਦੇ ਹੋ ਅੱਜ ਵੀਰੇ? ਇਤਿਹਾਸਕ ਦਿਨ ਆ, ਬਹੁਤ ਇਤਿਹਾਸਕ ਦਿਨ ਆ। 29 ਮਈ ਦੇ ਬਾਅਦ ਚੋਂ ਜੇ ਕੋਈ ਪੰਜਾਬ ਚ ਇਤਿਹਾਸਕ ਦਿਨ ਆ ਤਾਂ ਉਹ ਅੱਜ ਦਾ ਏ, ਕਿਉਂਕਿ ਜਿਹੜਾ ਸਿੱਧੂ ਗਿਆ ਸੀ ਉਹੀ ਸਿੱਧੂ ਦੁਬਾਰਾ ਵਾਪਸ ਉਸੇ ਘਰੇ ਉਸੇ ਦਿਨ ਜਨਮ ਹੋਇਆ, ਤੇ ਅੱਜ ਦਾ ਦਿਨ ਬਹੁਤ ਖੁਸ਼ੀਆਂ ਭਰਿਆ ਦਿਨ ਆ। ਅੱਜ ਦਾ ਪੂਰੇ ਪੰਜਾਬ ਦੀ ਦੀਵਾਲੀ ਅੱਜ ਆ। ਅਸੀਂ ਤਮਾਮ ਤਾਜ਼ਾ ਖਬਰਾਂ ਲਈ ਦੇਖਦੇ ਰਹੇ ਨਿਊਜ਼ ਡੋਟ ਲਾਈਵ।